ਸਿਆਸੀ ਰੁੱਤ ਵਿੱਚ ਮੈਂ ਆਹ ਕਹਿ ਸਕਦੀ ਹਾਂ ਕਿ ਸਿਆਸੀ ਭਵਰੇ ਅਤੇ ਤਿਤਲੀਆਂ ਆਪਦੀ ਪਾਰਟੀ ਬਦਲ ਰਹੇ ਨੇ, ਆਪਦੇ ਹਲਕੇ ਬਦਲ ਰਹੇ ਨੇ, ਕੋਈ ਸਟੈਂਡ ਨਹੀਂ ਹੈਗਾ, ਕੋਈ ਆਈਡੀਓਲੋਜੀ ਨਹੀਂ ਹੈਗੀ। ਉੱਥੇ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦੀ ਹਾਂ ਕਿ ਇਸ ਖੇਤਰੀ ਪਾਰਟੀ ਨੇ ਹਮੇਸ਼ਾ ਪੰਜਾਬ ਦੇ ਹੱਕ 'ਚ ਖੜ੍ਹੇ ਰਹੇ ਹਾਂ। ਨਾ ਕਦੇ ਸੂਬਾ ਬਦਲਣਾ ਹੈ, ਨਾ ਕਦੇ ਹਲਕਾ ਬਦਲਣਾ ਹੈ, ਅਤੇ ਨਾ ਹੀ ਕਦੇ ਸਟੈਂਡ ਬਦਲਣਾ ਹੈ। ਸਟੈਂਡ ਇੱਕੋ ਹੀ ਹੈ ਕਿ ਗੁਰੂ ਸਾਹਿਬ ਦੇ ਦਿਖਾਏ ਹੋਏ ਰਾਹ 'ਤੇ ਚੱਲਦੇ ਹੋਏ ਆਪਣੇ ਸੂਬੇ ਦੇ ਲੋਕਾਂ ਦੇ ਹੱਕਾਂ ਵਾਸਤੇ ਜੋ ਕੁਰਬਾਨੀ ਦੇਣੀ ਹੈ, ਜੋ ਸੇਵਾ ਕਰਨੀ ਹੈ, ਜੋ ਮਿਹਨਤ ਕਰਨੀ ਹੈ, ਉਹ ਦਿਨ ਰਾਤ ਇੱਕ ਕਰਕੇ ਕਰਾਂਗੇ। ਬਾਦਲ ਸਾਹਿਬ ਤੋਂ ਕਰਨਾ ਸਿੱਖਿਆ ਹੈ ਅਤੇ ਗਾਂ ਉਹਨਾਂ ਦੇ ਦਿਖਾਏ ਹੋਏ ਰਾਹ 'ਤੇ ਚੱਲਦੇ ਹੋਏ ਅੱਗੇ ਵਧਾਂਗੇ ਆਪਣੇ ਲੋਕਾਂ ਵਾਸਤੇ, ਉਹਨਾਂ ਦੀ ਤਕਲੀਫਾਂ ਨੂੰ ਹੱਲ ਕਰਨ ਵਾਸਤੇ। ਅੱਜ ਬੇਰੁਜ਼ਗਾਰੀ ਘਰ ਘਰ ਤਾਂ ਹੀ ਪਹੁੰਚੀ ਹੋਈ ਹੈ, ਨਸ਼ੇ ਸਿਖਰਾਂ ਤਾਂ ਹੀ ਪਹੁੰਚੇ ਹੋਏ ਨੇ। ਅੱਜ ਪੰਜਾਬ ਵਿੱਚ ਕਾਨੂੰਨ ਵਿਵਸਥਾ ਦਾ ਇੰਨਾ ਬੁਰਾ ਹਾਲ ਹੈ ਕਿ ਕੋਈ ਇੰਡਸਟਰੀ ਇੱਥੇ ਆਉਣਾ ਨਹੀਂ ਚਾਹੁੰਦੀ। ਅੱਜ ਪੰਜਾਬ ਵਿੱਚ ਇੱਕ ਵਿਜ਼ਨਰੀ ਲੀਡਰ ਦੀ ਲੋੜ ਹੈ, ਜਿਨ੍ਹਾਂ ਦੀ ਪੰਜਾਬ ਪ੍ਰਤੀ ਇੱਕ ਸੋਚ ਹੈ, ਅਤੇ ਸੋਚ ਮੈਂ ਸਮਝਦੀ ਹਾਂ ਉਸ ਇਨਸਾਨ ਦੀ ਹੈਗੀ ਜਿਸ ਇਨਸਾਨ ਨੇ ਚੌਪੱਖੀ ਵਿਕਾਸ 'ਚ ਬਿਜਲੀ ਦੇ ਵੱਡੇ 10 ਘੰਟੇ ਦੇ ਕੱਟ ਲੱਗਦੇ ਸੀ ਅਤੇ ਫਿਰ ਇਸ ਪਾਰਟੀ ਦੇ ਮੁਖੀਆਂ ਨੇ ਬਿਜਲੀ ਦੀ ਦੁੱਗਣੀ ਪੈਦਾਵਾਰ ਕੀਤੀ, ਜਿੱਥੇ 7 ਸਾਲਾਂ 'ਚ 1 ਮੈਗਾਵਾਟ ਵੀ ਨਹੀਂ ਐਡ ਹੋਇਆ। ਅੱਜ ਇਹ ਬਿਜਲੀ ਪੰਜਾਬ 'ਚ ਇਸ ਪਾਰਟੀ ਦੀ ਦੇਣ ਹੈ, ਸਰ ਸੁਖਬੀਰ ਸਿੰਘ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਜੀ ਦੀ, ਉਹਨਾਂ ਦੀ ਵਿਜ਼ਨ ਸਦਕਾ। ਅੱਜ ਚੌਪੱਖੀ ਜਿਵੇਂ ਸੜਕਾਂ ਹੈਗੀਆਂ, ਜਿਵੇਂ ਹਵਾਈ ਅੱਡੇ ਨੇ, ਜਿਵੇਂ ਬਠਿੰਡੇ ਸ਼ਹਿਰ ਦਾ ਵਿਕਾਸ ਹੋਇਆ ਹੈ ਉਸ ਤਰੀਕੇ ਦੇ ਨਾਲ, ਬਠਿੰਡੇ ਹਲਕੇ ਦੇ ਵਿਕਾਸ ਦੀ ਤਰ੍ਹਾਂ ਸਾਰੇ ਪੰਜਾਬ ਦਾ ਵਿਕਾਸ ਹੋਏ ਅਤੇ ਸਾਡਾ ਪੰਜਾਬ ਇੱਕ ਸੋਨੇ ਦੀ ਚਿੜੀਆ ਹੈ, ਰੰਗਲਾ ਪੰਜਾਬ। ਗੱਲਾਂ 'ਚ ਨਹੀਂ, ਗੱਲਾਂ ਬਹੁਤ ਹੋ ਗਈਆਂ ਨੇ ਪਿਛਲੇ 7 ਸਾਲਾਂ 'ਚ ਕਾਂਗਰਸ ਅਤੇ ਉਹਨਾਂ ਦੀ ਭਾਈਵਾਲ ਪਾਰਟੀ ਨੇ ਇਕੱਲੇ ਗੱਲਾਂ ਸੁਣਾ ਸੁਣਾ ਕੇ ਸੱਤਾ ਕੀਤੀ ਹੈ। ਅੱਜ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਕਰਦੀ ਹਾਂ ਕਿ ਸਾਨੂੰ ਸਮਤ ਬਖਸ਼ਣ, ਬਲ ਬਖਸ਼ਣ ਅਤੇ ਪੰਜਾਬ ਦੇ ਲੋਕ ਮੌਕਾ ਬਖਸ਼ਣ ਕਿ ਇਸ ਸੂਬੇ ਨੂੰ, ਇਸ ਇਲਾਕੇ ਨੂੰ ਅਸੀਂ ਹੋਰ ਤਰੱਕੀਆਂ ਤਾਂ ਹੀ ਲੈ ਕੇ ਜਾ ਸਕੀਏ। ਚੋਣ ਜਬ ਤਾਂ ਲੱਗਿਆ ਪਿਆ, ਸ਼ਹਿਰੀ ਐਮਐਲਏ ਨੇ ਮੁਆਵਜ਼ਾ ਅਨਾਉਂਸ ਕਰ ਦਿੱਤਾ ਹੈ। ਥੈਂਕ ਯੂ, ਮੁਆਵਜ਼ਾ ਅਨਾਉਂਸ ਕਰ ਦਿੱਤਾ। ਥੈਂਕ ਯੂ ਬਾਈ ਜੀ। ਜਿੰਨੇ ਵਿਰੋਧੀ ਹੈਗੇ ਜੀ, ਉਹਨਾਂ ਦੇ ਕੋਲ ਨਵੇਂ ਨਵੇਂ ਸੁਪਨੇ ਹੀ ਦਿਖਾਉਣ ਵਾਸਤੇ ਨੇ। ਅੱਜ ਜਿੱਥੇ ਮੇਰੇ ਵਿਰੋਧੀ ਆਣਗੇ, ਹਾਲਾਂਕਿ ਮੈਂ ਕਹਿੰਦੀ ਸਾਰੇ ਹੀ ਬਾਦਲ ਅਕਾਲੀ ਦਲ ਪਰਿਵਾਰ ਦੇ ਹੀ ਹੈਗੇ, ਭਾਵੇਂ ਲੰਬੀ ਹਲਕੇ ਉਹ ਸਾਡਾ ਪਰਿਵਾਰਕ ਹਲਕਾ, ਭਾਵੇਂ ਦੂਜੀ ਦੋ ਪਾਰਟੀਆਂ ਉਹ ਵੀ ਅਕਾਲੀ ਦਲ ਦੇ ਹੀ ਹੈਗੇ ਉਮੀਦਵਾਰ। ਸੋ ਇਹ ਆਣਗੇ ਲੋਕਾਂ ਦੇ ਕੋਲ ਸਾਨੂੰ ਭੰਡਣ ਨੂੰ, ਜਾਂ ਮੇਰੇ ਵਿੱਚ ਨੁਕਸ ਕੱਢਣ 'ਚੋਂ, ਜਾਂ ਸਾਡੀ ਪਾਰਟੀ ਵਿੱਚ। ਮੈਂ ਜਾਵਾਂਗੀ ਲੋਕਾਂ ਦੇ ਕੋਲ ਆਪਣੇ ਕੀਤੇ ਹੋਏ ਕੰਮਾਂ ਦੇ ਆਧਾਰ 'ਚ ਅਤੇ ਆਪਣੀ ਪਾਰਟੀ ਦੇ ਕੀਤੇ ਹੋਏ ਸੇਵਾ ਦੇ ਆਧਾਰ 'ਚ ਅਤੇ ਅੱਗੇ ਲੋਕਾਂ ਦੀ ਸੇਵਾ ਕਰਨ ਵਾਸਤੇ। ਬਾਕੀ ਜੋ ਕਹਿ ਰਿਹਾ ਮੈਨੂੰ ਉਹਦੀ ਕੋਈ ਚੋਣ ਜਾਬਤਾ ਲੱਗ ਗਿਆ। ਸ਼ਹਿਰੀ ਐਮਐਲਏ ਆਪ ਵੱਲੋਂ ਮੁਆਵਜ਼ੇ ਦਾ ਐਲਾਨ ਕਰ ਦਿੱਤਾ ਗਿਆ, ਕਿਸ ਤਰ੍ਹਾਂ ਦੇਖ ਦਿਓ? ਮੈਂ ਆਸ ਕਰਦੀ ਹਾਂ ਕਿ ਚੋਣ ਕਮਿਸ਼ਨ ਇਹਨਾਂ ਦੀ ਕਤਪੁਤਲੀ ਅਤੇ ਰਬਰ ਸਟੈਂਪ ਬਣ ਕੇ ਨਾ ਬੈਠੇ ਰਹੇ, ਲੇਕਿਨ ਚੋਣ ਜਾਬਤੇ ਦੀ ਜਿਹੜੀ ਉਲੰਘਣਾ ਹੋਈ ਹੈ, ਜੇ ਫਰੀ ਅਤੇ ਫੇਅਰ ਇਲੈਕਸ਼ਨ ਹੈ ਤਾਂ ਇਹਨਾਂ ਦੇ ਖਿਲਾਫ ਐਕਸ਼ਨ ਹੋਊਗਾ, ਅਤੇ ਜੇ ਫਿਕਸਡ ਮੈਚ ਖੇਲਿਆ ਜਾ ਰਿਹਾ ਇਹ ਸਾਰੀ ਪਾਰਟੀਜ਼ ਦੇ ਅਕਾਲੀ ਦਲ ਦੇ ਖਿਲਾਫ, ਜਿਵੇਂ 7 ਸਾਲਾਂ 'ਚੋਂ ਇਹਨਾਂ ਦਾ ਭੰਡੀ ਪ੍ਰਚਾਰ ਇੱਕ ਫਿਕਸਡ ਮੈਚ ਸੀ, ਫਿਰ ਚੋਣ ਕਮਿਸ਼ਨ ਇਸ ਵੱਡੀ ਉਲੰਘਣਾ ਦਾ ਕੋਈ ਐਕਸ਼ਨ ਨਹੀਂ ਲਊਗਾ ਅਤੇ ਲੋਕਾਂ ਦੇ ਸਾਹਮਣੇ ਸੱਚੀ